नमस्कार, ਤੁਸੀਂ ਵੇਖ ਰਹੇ ਹੋ ਫ੍ਰੈਂਡਸ ਟੀਵੀ ਐਂਡ ਰੇਡੀਓ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਨੂਰ। ਆਓ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਹੈਡਲਾਈਨਸ ਤੇ। ਪੰਜਾਬ 'ਚ ਵਧਾਇਆ ਗਿਆ ਨਾਈਟ ਕਰਫਿਊ ਦਾ ਸਮਾਂ, 6 ਵਜੇ ਹੋਣਗੀਆਂ ਦੁਕਾਨਾਂ ਬੰਦ। ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪ੍ਰਾਈਵੇਟ ਸਕੂਲ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ, NOC ਰੱਦ। ਬੇਅਦਬੀ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਦਾ 12ਵਾਂ ਟਵੀਟ, ਫਿਰ ਕੀਤਾ ਵੱਡਾ ਧਮਾਕਾ। ਜਲੰਧਰ ਵਿੱਚ ਲਾੜਾ ਚਾਵਾਂ ਨਾਲ ਵਿਆਹ ਆਇਆ ਸੀ ਲਾੜੀ, ਪਰ ਪੁਲਿਸ ਫੜ ਕੇ ਲੈ ਗਈ ਥਾਣੇ। ਪੰਜਾਬ ਸਣੇ 3 ਸੂਬਿਆਂ ਦੇ 18,000 ਟੋਲ ਕਰਮਚਾਰੀ ਹੋਏ ਬੇਰੁਜ਼ਗਾਰੀ ਦਾ ਸ਼ਿਕਾਰ। ਲੋਕ ਪਹਿਲਾਂ COVID-19 ਨਿਯਮਾਂ ਦਾ ਪਾਲਣ ਕਰਨ, ਫਿਰ ਸਰਕਾਰ ਨੂੰ ਦੋਸ਼ ਦੇਣ, ਕਿਹਾ ਹਾਈ ਕੋਰਟ ਨੇ। ਮੋਦੀ ਨੇ ਜਨਰਲ ਰਾਵਤ ਨਾਲ ਹਥਿਆਰਬੰਦ ਫੌਜ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ। ਭਾਜਪਾ ਕਿਸਾਨ ਮੋਰਚਾ ਨੇ ਮੰਡੀਆਂ ਵਿੱਚ ਕਿਸਾਨਾਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ। ਮਈ ਦੇ ਅੱਧ ਵਿੱਚ ਸਿਖਰ ਤੇ ਹੋਵੇਗਾ ਕੋਰੋਨਾ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਵੇਗੀ 90,00,000। ਭਾਰਤ ਵਿੱਚ ਤੈਨਾਤ ਆਪਣੇ ਡਿਪਲੋਮੈਟਾਂ ਲਈ ਐਂਟੀ ਕੋਵਿਡ ਟੀਕੇ ਭੇਜ ਰਿਹਾ ਹੈ ਪੋਲੈਂਡ। ਸਪੇਨ ਵਿੱਚ 22 ਵਿਅਕਤੀਆਂ ਨੂੰ ਜਾਣ ਬੁੱਝ ਕੇ ਕੋਰੋਨਾ ਪ੍ਰਭਾਵਿਤ ਕਰਨ ਤੇ 40 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜਸਥਾਨ ਰਾਇਲਸ ਦੀ ਦੂਜੀਆਂ ਟੀਮਾਂ ਤੋਂ ਕਰਜ਼ੇ ਤੇ ਖਿਡਾਰੀਆਂ ਨੂੰ ਲੈਣ ਦੀ ਯੋਜਨਾ। IPL ਨੂੰ ਲੈ ਕੇ ਸ਼ੋਇਬ ਅਖਤਰ ਦਾ ਆਇਆ ਵੱਡਾ ਬਿਆਨ। ਕ੍ਰਿਕਟਰ ਆਰ ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ ਪਰਿਵਾਰ ਕੋਰੋਨਾ ਨਾਲ ਲੜ ਰਿਹਾ ਜੰਗ। ਖਬਰਾਂ ਵਿਸਤਾਰ ਨਾਲ। ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਵੱਡਾ ਫੈਸਲਾ ਲਿਆ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਨਾਈਟ ਕਰਫਿਊ ਦੀ ਮਿਆਦ ਵਧਾ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਹਿਰਾਂ ਵਿੱਚ ਬਾਜ਼ਾਰ 6 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਰਹਿਣਗੇ, ਜਦਕਿ ਪਿੰਡਾਂ ਵਿੱਚ ਸਾਰੀਆਂ ਦੁਕਾਨਾਂ ਸ਼ਾਮੀ 5 ਵਜੇ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਬਨਿਟ ਬੈਠਕ ਤੋਂ ਬਾਅਦ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀਕਐਂਡ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਲਾਕਡਾਊਨ ਦੀ ਘੋਸ਼ਣਾ ਕੀਤੀ ਗਈ ਹੈ। COVID-19 ਮਹਾਮਾਰੀ ਦੌਰਾਨ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਫਜ਼ਿਲਕਾ ਜ਼ਿਲ੍ਹੇ ਦੇ ਇੱਕ ਸਕੂਲ ਦਾ ਇਤਰਾਜ਼ਹੀਣਤਾ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਕਿਹਾ ਹੈ ਕਿ ਉਹ ਅਜਿਹੇ ਸਕੂਲਾਂ ਖਿਲਾਫ ਆਉਣ ਵਾਲੀਆਂ ਸ਼ਿਕਾਇਤਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਨੇ ਅਤੇ ਸ਼ਿਵਾਲਿਕ ਪਬਲਿਕ ਸਕੂਲ ਚੱਕ ਅਰਾਈਆਂ ਵਾਲਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ NOC ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀਆਂ ਕਥਿਤ ਵਧੀਕੀਆਂ ਵਿਰੁੱਧ ਅਜਿਹੀਆਂ ਸ਼ਿਕਾਇਤਾਂ ਲਈ ਆਪਣੀ ਨਿੱਜੀ ਈਮੇਲ ID ਜਾਰੀ ਕੀਤੀ ਸੀ। ਸਿੰਗਲਾ ਨੇ ਕਿਹਾ ਕਿ ਇਸ ਸਕੂਲ ਵਿਰੁੱਧ ਕੁਝ ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ COVID-19 ਮਹਾਮਾਰੀ ਦੌਰਾਨ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਜਾਂ ਘੱਟ ਤਨਖਾਹ ਦਿੱਤੀ ਜਾ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਖਿਲਾਫ ਸ਼ਿਕਾਇਤਾਂ ਮਿਲਣ ਉਪਰੰਤ ਸਿੱਖਿਆ ਵਿਭਾਗ ਨੇ ਸਕੂਲ ਪ੍ਰਬੰਧਨ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਦੇ ਜਵਾਬ ਨਾਲ ਸਹਿਮਤ ਨਾ ਹੁੰਦਿਆਂ ਉਨ੍ਹਾਂ ਦੀ NOC ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸੇ ਵੀ ਸਕੂਲ ਪ੍ਰਬੰਧਕ ਨੂੰ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਜਾਂ ਕਿਸੇ ਹੋਰ ਹਦਾਇਤ ਦੀ ਉਲੰਘਣਾ ਨਹੀਂ ਕਰਨ ਦੇਵੇਗੀ। ਬੇਅਦਬੀ ਗੋਲੀਕਾਂਡ ਮਾਮਲੇ ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਟਵਿੱਟਰ ਤੇ ਲਗਾਤਾਰ ਆਪਣੀ ਹੀ ਸਰਕਾਰ ਖਿਲਾਫ ਬੋਲ ਰਹੇ ਨਵਜੋਤ ਸਿੰਘ ਸਿੱਧੂ ਨੇ ਅੱਜ ਫੇਰ ਟਵੀਟ ਕਰਕੇ ਸਿਆਸੀ ਨਿਸ਼ਾਨੇ ਸਾਧੇ ਨੇ। 13 ਤਰੀਕ ਤੋਂ ਬਾਅਦ ਬੇਅਦਬੀ ਮਾਮਲੇ ਤੇ ਸਿੱਧੂ ਲਗਾਤਾਰ ਟਵੀਟ ਕਰਕੇ ਜਿੱਥੇ ਕੈਪਟਨ ਸਰਕਾਰ ਨੂੰ ਕਠਹਿਰੇ ਵਿੱਚ ਖੜਾ ਕਰ ਰਿਹਾ ਹੈ, ਉੱਥੇ ਬਾਦਲਾਂ ਖਿਲਾਫ ਵੀ ਖੁੱਲ ਕੇ ਬਿਆਨਬਾਜ਼ੀ ਕਰ ਰਿਹਾ ਹੈ। ਅੱਜ ਕੀਤੇ ਟਵੀਟ ਵਿੱਚ ਸਿੱਧੂ ਨੇ ਆਖਿਆ ਹੈ ਕਿ ਸਾਡੇ ਸਾਹਮਣੇ ਦੋ ਵਿਕਲਪ ਹਨ, ਜਾਂ ਤਾਂ ਅਸੀਂ ਹਾਈ ਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕਰੀਏ। ਪਰ ਸਮੱਸਿਆ ਫਿਰ ਉਹੀ ਹੈ, ਨੀਅਤ ਅਤੇ ਜਾਣ ਬੁੱਝ ਕੇ ਤੇਰੀ ਗੱਲ ਹੋਰ ਸਿੱਟ ਬਣਾਉਣ ਦੀ ਨਹੀਂ। ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿੱਚ ਬਣੀਆਂ ਸਾਰੀਆਂ ਸਿੱਟਾਂ ਦੀ ਪ੍ਰਾਪਤੀ ਕੀ ਹੈ? ਸਿੱਧੂ ਨੇ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਥੋਂ ਏਜੰਸੀ ਤੋਂ ਦੁਬਾਰਾ ਜਾਂਚ ਕਰਾਉਣ ਨਾਲ ਕੇਸ ਕਮਜ਼ੋਰ ਹੁੰਦਾ ਹੈ, ਨਾਲ ਹੀ ਦੋਸ਼ੀ ਨੂੰ ਚੁਕੰਨਾ ਹੋਣ ਅਤੇ ਬਚਣ ਦਾ ਦੂਸਰਾ ਮੌਕਾ ਮਿਲਦਾ ਹੈ। ਫਿਰ ਵੀ ਜੇ ਸਰਕਾਰ ਫੈਸਲਾ ਲੈਂਦੀ ਹੈ ਤਾਂ ਨਿਰਪੱਖ ਅਤੇ ਸੀਮਿਤ ਸਮੇਂ ਵਿੱਚ ਜਾਂਚ ਕਰਾਉਣਾ ਨਿਸ਼ਚਿਤ ਕਰੇ ਅਤੇ ਇਸ ਲਈ ਫਾਸਟ ਟਰੈਕ ਅਦਾਲਤ ਸਥਾਪਿਤ ਹੋਵੇ ਜਿੱਥੇ ਰੋਜ਼ ਦੀ ਰੋਜ਼ ਸੁਣਵਾਈ ਹੋਵੇ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਸਭ ਤੋਂ ਮਹੱਤਵਪੂਰਨ ਮੁੱਦੇ ਨੂੰ ਪਹਿਲੇ ਦਿਨ ਤੋਂ ਅਹਿਮੀਅਤ ਦੇਣੀ ਬਣਦੀ ਸੀ। ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਸਾਬਤ ਕਰਨ ਦਾ ਇੱਕੋ ਰਾਹ ਹੁਣ ਬਿਨਾਂ ਦੇਰੀ ਕੀਤਿਆਂ ਭਾਰਤ ਦੇ ਬਿਹਤਰੀਨ ਵਕੀਲਾਂ ਦੀ ਟੀਮ ਨੂੰ ਨਾਲ ਲੈ ਕੇ ਚੱਲਣਾ ਹੈ, ਨਹੀਂ ਤਾਂ ਇਹ ਸਾਨੂੰ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਲੈ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 9 ਅਪ੍ਰੈਲ ਨੂੰ ਹਾਈ ਕੋਰਟ ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ SIT ਨੂੰ ਖਾਰਜ ਕਰਨ ਦੇ ਹੁਕਮ ਸੁਣਾਏ ਸਨ। 13 ਤਰੀਕ ਨੂੰ SIT
मुखी कुंवर विजय प्रताप सिंह ने अस्तीफा दिता अते 13 तरीक नूं ही नवजोत सिंह बरगाड़ी अते बुरज जवाहर सिंह वाला पहुंचे अते बेअदबी खिलाफ ऐलाने जंग कीता। उसे दिन तो सिद्धू वालों लगातार 12 ट्वीट कीते जिन्हां विच कैप्टन अते बादल सीधे तौर ते निशाने ते ने। जलंधर दे किशनपुरा चौंक नेड़े एक व्याह समारोह विच 25 तो ज्यादा बराती लियाउण दे दोष विच पुलिस ने पैलेस दे मालक अते लड़की दे पिता खिलाफ मामला दर्ज कीता है। थाना नंबर 3 दे इंचार्ज मुकेश कुमार ने दस्या कि पुलिस नूं गुप्त सूचना मिली सी कि भगत सिंह चौंक नेड़े स्थित गुलशन पैलेस विच एक व्याह समारोह दौरान 20 तो ज्यादा लोग शामिल ने जो कि कोविड-19 दे प्रोटोकॉल्स दी उल्लंघना कर रहे ने। सूचना मिलदिया ही पुलिस ने गुलशन पैलेस विच छापेमारी कीती। थाना इंचार्ज ने दस्या कि पुलिस ने गुलशन पैलेस दे मालक राजकुमार वासी भगत सिंह चौंक अते लड़की दे पिता कुलदीप निवासी अजीत नगर खिलाफ मामला दर्ज कीता है। इत्थे दसण योग है कि कोरोना दे चलदिया पंजाब सरकार वल्लों व्याह समागमां अते होर समागमां विच 20 तो वध मेहमानां नूं बुलाउण उत्ते पाबंदी लगाई गई है। टोल प्लाजा वर्कर्स यूनियन पंजाब दी एक मीटिंग काला झाड़ टोल प्लाजा विखे सूबा मीत प्रधान दर्शन सिंह दी अगवाई हेठ हुई। इस मौके दर्शन सिंह ने कहा कि पंजाब दियां ज्यादातर टोल प्लाजा कंपनियां दिसंबर महीने तो कर्मचारियां नूं तनखा देण तो मना कर चुकियां ने, जिस दे मद्देनजर पंजाब दे टोल प्लाजियां दे कर्मचारियां ने इस मामले नूं कई वारी संबंधित अथॉरिटियां अते स्थानक प्रशासन दे अधिकारियां दे ध्यान विच लियांदा, पर केंद्र अते सूबा सरकारां वल्लों इस वल कोई भी ध्यान नहीं दिता गया। जिसे रोस वजो पिछले समय दौरान उन्हां नूं बठिंडा चंडीगढ़ नेशनल हाईवे ते चक्का जाम करन लई मजबूर होना पिया सी। उस समय प्रशासन वल्लों मिले भरोसे मगरों यूनियन ने अपने संघर्ष नूं अग्गे पा दिता सी, पर समा बीतन दे बावजूद भी टोल प्लाजा दे कर्मचारियां दियां तनखाहां दे मामले नूं हल नहीं कीता गया, जिस नूं लैके यूनियन विच रोस है। इस मौके जत्थेबंदी दे आगुआं ने आख्या है कि देश विच पंजाब समेत 3 सूबियां विच बंद पए टोल प्लाजियां कारण 18,000 तो वध कर्मचारियां दा रोजगार खत्म होण दी कगार ते है। परिवारां नूं उन्हां उपर निर्भर होण करके 2 वक्त दी रोटी लई वी मुश्किल चलनी पै रही है। यूनियन आगुआं ने चेतावनी दिंदिया कहा है कि जेकर टोल प्लाजा कंपनियां ने जल्द ही कर्मचारियां नूं तनखावां ना मुहैया करवाईयां तां उन्हां नूं बठिंडा चंडीगढ़ नेशनल हाईवे ते अणमिथे समय लई पक्का मोर्चा ला के बैठण लई मजबूर होना पवेगा, जिस दी जिम्मेवारी टोल कंपनियां अते प्रशासन दी होवेगी। इस मौके गुरमीत सिंह काला झाड़, नाजर खान, नारायण सिंह, निंदी सिंह, नरिंदर सिंह, गुरसेवक सिंह, नाजर सिंह आदि वर्कर्स हाजिर सन। बंबई हाई कोर्ट ने सोमवार नूं कहा है कि लोकां नूं कोविड-19 केसां विच वाधे दरमियान सरकार नूं दोष देण तों पहलां अनुशासन विखाउणा चाहीदा है। अदालत ने महामारी दे संबंध विच वख-वख दिशा निर्देश जारी करदे होए इह गल आखी है। जस्टिस रविंदर घुगे अते जस्टिस BU देबरवार दी बेंच ने लोक सेवकां, डाक्टरां अते पैरा मेडिकल कामियां समेत सारे लोकां नूं घरां चों बाहर निकलदे समें आधार कार्ड नाल रखण अते मास्क पहनण दा निर्देश दित्ता है। जस्टिस घुगे ने कहा है कि नागरिक दे तौर ते सानू सरकार नूं दोष देण तों पहलां संवेदनशीलता दा परिचय देना चाहीदा है। लोकां नूं अनुशासन विखाउणा चाहीदा है। योजनावां ते व्यवस्थावां चंगीआं हुंदीआं ने पर मनुख ही उन्हां नूं खत्म कर दिंदा है। अदालत ने कहा है कि असीं नौजवान मुंडे कुड़ियां नूं बिना कारण इधर उधर घूमदे होए वेखदे हां। एक मोटरसाइकिल ते किते 3-3 जां किते 4-4 लोकां बिना हेलमेट अते मास्क दे आ जा रहे ने। घर चो बाहर निकलण वाले हर व्यक्ति नूं घट्टो-घट्ट नक अते मुंह ढकण वाला मास्क पाउणा चाहीदा है। जस्टिस घुगे ने कहा है कि ठोडी तो हेठां मास्क पहनण लोकां खिलाफ मामला दर्ज कीता जाणा चाहीदा है, क्योंकि अजिहे लोक अक्सर कोरोना वायरस फैलाउण वाले बन जांदे ने। देश विच कोरोना वायरस महामारी दे वधदे कहर दरमियान प्रधानमंत्री नरेंद्र मोदी ने अज यानी कि सोमवार नूं चीफ ऑफ डिफेंस स्टाफ दे मुखी जनरल बिपिन रावत नाल हथियारबंद फौज वल्लों स्थिति नाल निजिठण लई कीतियां जा रहियां तैयारियां अते होर योजनावां दी समीक्षा कीती। जनरल रावत ने प्रधानमंत्री नूं दस्या कि हथियारबंद फौज तों पिछले 2 सालां विच सेवा मुक्त होण वाले सारे डाक्टर कामियां नूं उन्हां दे नेड़ले कोविड केंद्रां विच काम करन लई बुलाया जा रहा है। जनरल रावत ने कहा कि इस दे नाल ही स्टाफ हेडक्वार्टरां विच तैनात सारे डॉक्टर अधिकारियां नूं भी हस्पताल विच ड्यूटी लई भेजा जा रहा है। डॉक्टरां दे सहयोग लई हस्पतालां विच नर्सिंग सहायकां नूं वड्डी गिनती विच तैनात कीता जा रहा है। वख-वख अदारियां विच उपलब्ध ऑक्सीजन सिलेंडरां नूं भी हस्पतालां विच भेजा जा रहा है। उन्हां ने कहा कि वड्डी गिनती विच मेडिकल सहूलत केंद्र बनाए जा रहे ने अते उन्हां च आम नागरिक नूं भी मेडिकल सहूलत देण दी योजना बनाई जा रही है। प्रधानमंत्री ने हवाई फौज वल्लों
देश विच वख-वख थावां तों अते विदेशां तों ऑक्सीजन लियाउण लई चलाई जा रही मुहिम दी वी समीक्षा कीती। हरियाणा भारतीय जनता पार्टी दे किसान मोर्चा दी टीम ने हिसार जिले दीआं वख-वख मंडियां विच पहुंच के किसानां नूं अज यानी कि सोमवार नूं मास्क अते सैनिटाइजर वंडे ने। मोर्चे दी टीम ने किसानां नूं समाजिक दूरी, मास्क अते सैनिटाइजर दी अहमियत बारे जानकारी दिंदे होए दस्सिया कि इस समय सिर्फ भारत ही नहीं पूरे विश्व भर विच कोरोना लाग दा प्रकोप है। अजिहे विच सिर्फ सरकार अते सेहत विभाग दे निर्देशां दा पालन करके ही इस लाग तों खुद दा अते परिवार दा बचाव कर सकदे ने। भाजपा दे जिला प्रधान कैप्टन भूपेंद्र दे निर्देशां ते किसान मोर्चा दे जिला प्रधान सुरजीत खियालिया दी टीम ने वख-वख मंडियां दा दौरा करके किसानां नूं कोरोना तों बचाव बारे जानकारी दित्ती। टीम विच शामिल औदा अधिकारियां ने किसानां लई पीण दे पानी अते हथ धोण लई साबण दा वी प्रबंध कीता। मोर्चा औदा अधिकारियां ने कहा कि भाजपा दा मकसद राजनीति करना ही नहीं सगों समाजिक कम्मां विच अगे रह के मदद करना भी है। अजिहे विच भाजपा किसान मोर्चा ने मंडियां विच किसानां विच जा के मास्क अते सैनिटाइजर वंडे अते उन्हां नूं समझाउण दी मुहिम चलाई। इस तों इलावा भाजपा ने कोरोना मरीजां नूं वख-वख हस्पतालां विच सेहत सहूलतां दी जानकारी देण हेतु हेल्पलाइन नंबर भी शुरू कीते। पार्टी जिला मीडिया इंचार्ज राजेंद्र सपरा ने दस्या कि मोर्चा दी टीम कई दिनां तों जिले दीआं वख-वख मंडियां विच जाके किसानां नूं मास्क अते सैनिटाइजर वंड रही है अते उन्हां नूं कोरोना तों बचाव बारे जानकारी दे रही है। उन्हां दस्या कि हसनगढ़ अनाज मंडी विच किसान मोर्चा वल्लों सुभाष राजकुमार भादू अते सुनील थापर, उकलाना अनाज मंडी विच जयंत भाटिया अते महावीर सिंह अते दौलतपुर अनाज मंडी विच त्रिलोक सिहाग अते विकास शिवरान दी अगुवाई विच किसान मोर्चा दी टीम ने किसानां नूं मास्क ते सैनिटाइजर वंडे। भारतीय टेक्नोलॉजी संस्था दे वैज्ञानिकां ने अपने पूर्व अनुमान विच सोध करदिआं एक गणित मॉडल दे आधार ते हुण कहा है कि भारत विच कोविड-19 दी दूजी लहर सिखर ते होवेगी। IIT मुताबिक इलाज अधीन केसां दी गिनती 14 तों 18 मई दरमियान सिखर ते पहुंच के 38 तों 48 लख हो सकदी है अते 4 तों 8 मई विचाले वायरस दे रोजाना केसां दी गिनती 4.4 लख तक दे आंकड़े नूं छू सकदी है। भारत विच सोमवार यानी कि अज वायरस दे 3.5 तों लख नवे केस सामने आए अते महामारी नाल 2812 होर लोकां ने दम तोड़ दिता। इस दे नाल ही देश विच इलाज अधीन मरीजां दी गिनती 28,13,658 हो गई है। IIT कानपुर अते हैदराबाद दे विज्ञानियां ने सूत्र नां दे मॉडल दा इस्तेमाल करदे हुए कहा कि मई दे अद तक इलाज अधीन केसां दी गिनती 10 लख तों वधेरे तक वाधा हो सकदा है। नवे पूर्व अनुमान विच समय हद अते केसां दी गिनती विच सुधार कीता गया। पिछले हफ्ते खोजकर्तावां ने पूर्व अनुमान जाहिर कीता सी कि महामारी 11 तों 15 मई दरमियान सिखर ते पहुंच सकदी है अते इलाज अधीन केसां दी गिनती 33 तों 35 लख हो सकदी है। मई दे आखिर तक इस विच तेजी नाल कमी आवेगी। IIT कानपुर विच कंप्यूटर विज्ञान अते इंजीनियरिंग महकमे दे प्रोफेसर मनिंदर अग्रवाल ने आख्या कि स्पष्ट नहीं है कि अंतिम आंकड़ा की होवेगा। विज्ञानियों ने कहा है कि सूत्र मॉडल विशेष वेरवा है। कोविड-19 दी मौजूदा लहर मध्य मई तक अपने शिखर ते पहुंच सकती है। आओ नजर पाउने आ विदेश दीआं खबरां ते। भारत विच तैनात अपने डिप्लोमैटां लई पोलैंड इस हफ्ते एंटी कोविड-19 टीके भेज रहा है। उत्थे पोलैंड दे इक डिप्लोमैट नूं एतवार नूं नवीं दिल्ली तों गंभीर स्थिति विच वारसा लिया के हस्पताल विच दाखल करवाया गया। उन्हां दे नाल उन्हां दी बीमार गर्भवती पत्नी अते 4 बच्चियां नूं वी लियांदा गया है। टीकाकरण प्रोग्राम दे इंचार्ज अधिकारी माइकल ड्वेराजैक ने सोमवार नूं कहा है कि जिहड़ा जहाज परिवार नूं वापस लैण गया सी उह भारत स्थित पोलैंड दूतावास लई ऑक्सीजन अते संबंधक उपकरण वी लैके गया है। इस विचों कुछ सप्लाई नवीं दिल्ली विच पहलां ही होर डिप्लोमैट मिशन नाल सांझी कीती जा चुकी है। जिथे कुछ डिप्लोमैट बीमार हन उन्होंने इन्हां मिशनां दे बारे विच कोई वेरवा नहीं दिता है। स्पेन विच एक व्यक्ति नूं कोविड इन्फेक्शन फैलाउण दे जुर्म विच गिरफ्तार कीता गया। इस व्यक्ति ते दोष है कि इसने 22 व्यक्तियां नूं कोरोना वायरस तों प्रभावित कीता। असल विच गिरफ्तार कीते गए मुलजम ने खांसी ते 104 फारेनहाइट बुखार होण दे बावजूद काम ते जाना जारी रखिया, जिस नाल उस दे काम करन वाले 22 व्यक्ति इस घातक वायरस दी चपेट विच आ गए। पुलिस ने मुलाजम दे नां दा खुलासा नहीं कीता पर इना जरूर दस्या है कि ए मामला मिजारका शहर दा है। मुलजम दे साथियां ने दोष लाया है कि उसने काम दौरान उन्हां कोल आ के अपना मास्क हेठां खिंच के खंगदे होए कहा सी कि ओ सारे लोकां नूं कोरोना प्रभावित करन वाला है, जिस तों बाद उस दे 5 साथी अते जिम जाण वाले 3 होर व्यक्तियां दा कोविड टेस्ट पॉजिटिव निकलिया।
मुलजम दे संपर्क विच आउण नाल उसदे परिवार समेत 14 होर व्यक्ति भी पॉजिटिव हो गए। इना विच एक 3 साल बच्चा भी शामिल है। आओ नजर पौने आ खेड समाचार ते। सट बायो बबल थकावट अते कोविड-19 दे तनाव कारण 4 विदेशी खिलाड़ियां दे हटन तो परेशानी दा सामना कर रहे राजस्थान रॉयल्स ने इंडियन प्रीमियर लीग दे मौजूदा सीजन लई दूजियां टीमां तो खिलाड़ियां नूं कर्जे ते लैण लई संपर्क कीता है। बेट स्टॉक्स अते जोफरा आर्चर जख्मी होने कारण आईपीएल तो बाहर ने, जदो की लियाम लिविंगस्टोन बबल थकावट दा हवाला दिंदे हुए घर परत गए ने। एतवार नू एंड्रयू टाई ने भारत विच कोविड-19 मामलियां विच वाधे दे डर दा हवाला दिंदे हुए ऑस्ट्रेलिया परतन दा फैसला कीता है। खिडारियां दे हटन कारण राजस्थान रॉयल्स सब तो बुरी तरह प्रभावित टीम बन गई है। टीम दे एक सूत्र ने कहा है कि टीम खिडारियां नू कर्जे ते लैण दी योजना बन रही है अते इस दे बारे विच होर फ्रेंचाइजियां नू लिखिया है, पर फिलहाल कुछ भी तय नहीं होया है। आईपीएल दा कर्ज समा सोमवार नू शुरू होया अते ए लीग मैचां दे खत्म होण तक जारी रहेगी। ऑस्ट्रेलिया ते राजस्थान रॉयल्स दे तेज गेंदबाज एंड्रयू टाई ने भारत विच कोरोना वायरस समस्या दे वधण कारण अपने देश विच एंट्री तो मनाही हो खदशे विच आईपीएल विचाले ही छड़ दिता है। आईपीएल नियमां मुताबिक 2 तों घट मैच खेडण वाले खिडारी नू कर्जा दिता जा सकदा है अते ओ अपने घरेलू फ्रेंचाइजी खिलाफ नहीं खेड सकदा। राजस्थान रॉयल्स दी टीम ने 5 मैचां विचो 2 जीते हन अते वीरवार नू उन्हां नू दिल्ली विच अपना अगला मैच खेडना है। भारत विच जानलेवा कोरोना वायरस नाल दिनों दिन हालात विगड़दे ही जा रहे ने। कोविड दे मामलियां विच रोजाना नवे रिकॉर्ड बन रहे ने। इस दे नाल ही मरण वालियां दी गिणती भी चिंताजनक आंकड़ियां नूं छू रही है। इन्हां हालातां विच भारत दे गुआंढी देश दे क्रिकेटर भी इह मनदे ने कि फिलहाल भारत विच जारी T20 लीग IPL नूं रद्द कर देना चाहिदा है। पाकिस्तान दे साबका तेज गेंदबाज शोएब अख्तर ने अपने यूट्यूब चैनल ते इह मंग रखी है। अख्तर ने कहा है कि इस महामारी बारे वायरस दा जो नवा वेरिएंट आया है वो बहुत ही खतरनाक है। इस नाल भारत बर्बादी दे कंडे ते है ते पाकिस्तान नू अपना ख्याल करके इत्थे पूरे देश विच लॉकडाउन नहीं कर्फ्यू ला देना चाहिदा है अते जे साडे लोक SOP दी पालना नहीं करदे ने तां फौज नू सख्ती नाल इस दी पालना करवानी चाहिदी है। उन्हां पाकिस्तान दे लोकां तों मदद दी अपील कीती है कि ओ भारत दी मदद करन, ए इंसानियत दा मसला है। इस दे नाल ही अख्तर ने कहा है कि मैं BCCI ਨੂੰ ਅਪੀਲ ਕਰਾਂਗਾ ਕਿ ਜੇ ਉਹ ਇਨ੍ਹਾਂ ਹਾਲਾਤਾਂ ਵਿੱਚ ਆਪਣੀ T20 ਲੀਗ IPL ਨੂੰ ਟਾਲ ਸਕਦੇ ਹਨ ਤਾਂ ਜ਼ਰੂਰ ਅਜਿਹਾ ਕਰੇ ਕਿਉਂਕਿ ਭਾਰਤ ਜਲ ਰਿਹਾ ਹੈ। ਅਜਿਹੀ ਹਾਲਤ ਵਿੱਚ IPL ਨਹੀਂ ਹੋਣਾ ਚਾਹੀਦਾ। ਉਸ ਨੇ ਨਾਲ ਹੀ ਇਸ ਗੱਲ ਦੀ ਸਫਾਈ ਵੀ ਦਿੱਤੀ ਹੈ ਕਿ ਉਹ ਇਹ ਇਸ ਲਈ ਬੋਲ ਰਿਹਾ ਹੈ ਕਿਉਂਕਿ ਉਹਨਾਂ ਦੇ ਦੇਸ਼ ਦਾ PSL ਰੱਦ ਹੋ ਗਿਆ ਹੈ, ਬਲਕਿ ਉਹ ਚਾਹੁੰਦਾ ਹੈ ਕਿ ਜੇ ਹਾਲਾਤ ਇੰਨੇ ਚਿੰਤਾਜਨਕ ਹਨ ਤਾਂ ਉਹਨਾਂ ਦਾ ਜੂਨ ਵਿੱਚ ਫਿਰ ਤੋਂ ਸ਼ੁਰੂ ਹੋਣ ਵਾਲਾ PSL ਵੀ ਨਾ ਹੋਵੇ। ਇਸ ਸਮੇਂ IPL ਜ਼ਰੂਰੀ ਨਹੀਂ ਬਲਕਿ ਜ਼ਰੂਰੀ ਹੈ ਲੋਕਾਂ ਦੀ ਜਾਨ ਬਚਾਈ ਜਾ ਸਕੇ। ਅਖਤਰ ਨੇ ਭਾਵਨਾਤਮਕ ਹੁੰਦਿਆਂ ਕਿਹਾ ਕਿ IPL ਦੇ ਪੈਸੇ ਲੋਕਾਂ ਦੀ ਭਲਾਈ ਲਈ ਖਰਚ ਕਰ ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿ ਦੇਸ਼ ਵਿੱਚ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਸਮੇਂ ਕਿਸੇ ਨੂੰ ਮਨੋਰੰਜਨ ਨਹੀਂ ਚਾਹੀਦਾ, ਕ੍ਰਿਕਟ ਨਹੀਂ ਚਾਹੀਦੀ ਤੇ ਹੀਰੋ ਨਹੀਂ ਚਾਹੀਦੇ, ਤਾਂ ਅਜਿਹੀ ਹਾਲਤ ਵਿੱਚ IPL ਨੂੰ ਰੱਦ ਕਰ ਦਿਓ ਤੇ ਜੋ ਹਾਲਾਤ ਆਮ ਹੋਣ ਤਾਂ ਇਸ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਟੀਮ ਅਤੇ ਦਿੱਲੀ ਕੈਪੀਟਲਸ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਆਪਣੇ ਪਰਿਵਾਰ ਦੀ ਮਦਦ ਲਈ IPL ਤੋਂ ਬ੍ਰੇਕ ਲੈ ਲਿਆ ਹੈ। ਦਿੱਲੀ ਕੈਪੀਟਲਸ ਦੇ 34 ਸਾਲਾ ਇਸ ਖਿਡਾਰੀ ਨੇ ਉਮੀਦ ਜਤਾਈ ਹੈ ਕਿ ਹਾਲਾਤ ਸਹੀ ਦਿਸ਼ਾ ਵਿੱਚ ਜਾਣ ਤੇ ਉਹ ਵਾਪਸੀ ਕਰਨਗੇ। ਅਸ਼ਵਿਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਕੱਲ ਤੋਂ ਇਸ ਸੀਜ਼ਨ ਦੇ IPL ਤੋਂ ਬ੍ਰੇਕ ਲੈ ਰਿਹਾ ਹੈ। ਮੇਰਾ ਪਰਿਵਾਰ ਕੋਰੋਨਾ ਮਹਾਮਾਰੀ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਸ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਸਹੀ ਦਿਸ਼ਾ ਵਿੱਚ ਜਾਂਦੇ ਨੇ ਤਾਂ ਵਾਪਸੀ ਕਰਾਂਗਾ। ਧੰਨਵਾਦ ਦਿੱਲੀ ਕੈਪੀਟਲਸ। ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਦਿੱਲੀ ਕੈਪੀਟਲਸ ਨੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਲਿਖਿਆ ਹੈ, ਇਸ ਮੁਸ਼ਕਲ ਸਮੇਂ ਵਿੱਚ ਅਸੀਂ ਅਸ਼ਵਿਨ ਦੇ ਨਾਲ ਹਾਂ। ਅਸੀਂ ਕਾਮਨਾ ਕਰਦੇ ਹਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਨਿਕਲਣ ਲਈ ਸ਼ਕਤੀ ਮਿਲੇ। ਅਸ਼ਵਿਨ ਨੇ ਇਸ IPL ਸੀਜ਼ਨ ਵਿੱਚ ਹੁਣ ਤੱਕ ਕੁੱਲ 5 ਮੈਚ ਖੇਡੇ ਨੇ। ਦੱਸ ਦਈਏ ਕਿ ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਖੇਡੇ ਗਏ IPL ਮੈਚ ਵਿੱਚ ਹੈਦਰਾਬਾਦ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ। ਇਸ ਦੇ ਨਾਲ ਹੀ ਦਿੱਲੀ ਦੀ ਟੀਮ 4 ਜਿੱਤ ਅਤੇ 1 ਹਾਰ ਨਾਲ 8 ਅੰਕ ਲੈ ਕੇ ਪੁਆਇੰਟ ਟੇਬਲ ਵਿੱਚ 2 ਸਥਾਨ ਤੇ ਪਹੁੰਚ ਗਈ ਹੈ। ਉੱਥੇ ਹੀ ਹੈਦਰਾਬਾਦ ਨੇ 1 ਮੈਚ ਜਿੱਤਿਆ ਹੈ ਜਦੋਂ ਉਸ ਨੂੰ 4 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੇ ਖਾਤੇ ਵਿੱਚ ਸਿਰਫ 2 ਅੰਕ ਹਨ ਅਤੇ ਉਹ ਪੁਆਇੰਟ ਟੇਬਲ ਵਿੱਚ 7ਵੇਂ ਸਥਾਨ ਤੇ ਹੈ। ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਵੋ ਇਜਾਜ਼ਤ। ਨਮਸਕਾਰ।